ਅਸੀਂ ਨਹੀਂ ਮੰਨਦੇ ਇਹੋ ਜਿਹੇ ਕੋਟਾਂ ਨਾ ਇਹਨਾਂ ਜੱਜਾਂ ਨੂੰ ਮੰਨਦੇ ਸਾਨੂੰ ਇਨਸਾਫ ਤੋਂ ਪਹਿਲਾਂ ਕਦੀ ਨਹੀਂ ਸੀ ਮਿਲਿਆ ਪਰ ਇੰਤਹਾ ਹੋਈ ਹੈ ਅਸੀਂ ਜਾਣਦੇ ਹੋਏ ਵੀ ਕਿ ਇੱਕ ਕੋਰਟ ਦੇ ਫੈਸਲੇ ਦੀਆਂ ਕਾਪੀਆਂ ਸਾੜਨਾ ਉਹ ਸਾਡੇ 'ਤੇ ਕੀ ਐਲੀਗੇਸ਼ਨ ਲੱਗ ਸਕਦੇ ਆ ਸਾਡੇ ਖਿਲਾਫ਼ ਕੀ ਕੇਸ ਬਣ ਸਕਦੇ ਅਸੀਂ ਸਾੜਾਂਗੇ ਨਾ ਕਿਉਂਕਿ ਸਾਡੇ ਗੁਰੂ ਦਾ ਅਪਮਾਨ ਹੋਇਆ ਹੋਵੇ ਔਰ ਕੋਰਟ ਇਸ ਨੂੰ ਇੰਨਾ ਅਨਸੀਰੀਅਸ ਲਵੇ ਔਰ ਇਹੋ ਜਿਹੇ ਫੈਸਲੇ ਦੇਵੇ ਸਾਨੂੰ ਇੰਝ ਲੱਗਦਾ ਕਿ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ ਇਸ ਦੇਸ਼ ਵਿੱਚ ਕਿਸੇ ਨੂੰ ਇਨਸਾਫ ਨਹੀਂ ਮਿਲਦਾ ਇਨਸਾਫ ਪੈਸੇ ਵਾਲਿਆਂ ਵਾਸਤੇ ਹੈ ਗਰੀਬਾਂ ਵਾਸਤੇ ਕੋਈ ਇਨਸਾਫ ਨਹੀਂ ਹੈਗਾ ਤਾਕਤਵਰਾਂ ਵਾਸਤੇ ਇਨਸਾਫ ਹੈ ਅਸੀਂ ਜਾਣਦੇ ਹੋਏ ਵੀ ਕਿ ਇੱਕ ਕੋਰਟ ਦੇ ਫੈਸਲੇ ਦੀਆਂ ਕਾਪੀਆਂ ਸਾੜਨਾ ਉਹ ਸਾਡੇ 'ਤੇ ਕੀ ਐਲੀਗੇਸ਼ਨ ਲੱਗ ਸਕਦੇ ਆ ਸਾਡੇ ਖਿਲਾਫ਼ ਕੀ ਕੇਸ ਬਣ ਸਕਦੇ ਅਸੀਂ ਸਾੜਾਂਗੇ ਨਾ ਕਿਉਂਕਿ ਸਾਡੇ ਗੁਰੂ ਦਾ ਅਪਮਾਨ ਹੋਇਆ ਹੋਵੇ ਔਰ ਕੋਰਟ ਇਸ ਨੂੰ ਇੰਨਾ ਅਨਸੀਰੀਅਸ ਲਵੇ ਔਰ ਇਹੋ ਜਿਹੇ ਫੈਸਲੇ ਦੇਵੇ ਅਤੇ ਫਿਰ ਅਸੀਂ ਇਸ ਕੋਰਟ ਨੂੰ ਅਸੀਂ ਨਹੀਂ ਮੰਨਦੇ ਇਹੋ ਜਿਹੇ ਕੋਟਾਂ ਨਾ ਇਹਨਾਂ ਜੱਜਾਂ ਨੂੰ ਮੰਨਦੇ ਸਾਨੂੰ ਇਨਸਾਫ ਤੋਂ ਪਹਿਲਾਂ ਕਦੀ ਨਹੀਂ ਸੀ ਮਿਲਿਆ ਪਰ ਇੰਤਹਾ ਹੋਈ ਹੈ ਇਸ ਫੈਸਲੇ 84 ਦੇ ਕੇਸ ਵੀ ਜਿਹੜੇ ਨੇ ਅਦਾਲਤਾਂ ਦੇ ਵਿੱਚ ਚੱਲ ਰਹੇ ਨੇ 15 ਦੇ ਕਿਨਾਂ ਕਾਨੂੰਨੀ ਮੈਂ ਪਹਿਲਾਂ ਇਹ ਗੱਲ ਕਹਿੰਦਾ ਅਸੀਂ ਸਾਨੂੰ ਇੰਜ ਲੱਗਦਾ ਕਿ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ ਇਸ ਦੇਸ਼ ਵਿੱਚ ਕਿਸੇ ਨੂੰ ਇਨਸਾਫ ਨਹੀਂ ਮਿਲਦਾ ਇਨਸਾਫ ਪੈਸੇ ਵਾਲਿਆਂ ਵਾਸਤੇ ਹੈ ਗਰੀਬਾਂ ਵਾਸਤੇ ਕੋਈ ਇਨਸਾਫ ਨਹੀਂ ਹੈਗਾ ਤਾਕਤਵਰਾਂ ਵਾਸਤੇ ਇਨਸਾਫ ਹੈ ਇਹ ਅੱਜ ਵੀ ਤਾਂ ਤਾਕਤਵਰਾਂ ਦਾ ਫੈਸਲਾ ਆਇਆ ਨਾ ਜਿਹੜੇ ਕਮਜ਼ੋਰ ਜਿਨ੍ਹਾਂ ਨੂੰ ਇਹ ਕਮਜ਼ੋਰ ਸਮਝਦੇ ਤਾਂ ਉਹਨਾਂ ਦੇ ਖਿਲਾਫ਼ ਫੈਸਲਾ ਆ ਗਿਆ ਅਤੇ ਅਗਰ ਇਹਨਾਂ ਨੇ ਗਲਤੀ ਇਹ ਵੱਡੀ ਕਰ ਲਈ ਹੈ ਕਿ ਇਹਨਾਂ ਨੇ ਗੁਰੂ ਦੇ ਖਿਲਾਫ਼ ਫੈਸਲਾ ਕਰ ਦਿੱਤਾ ਜਿਹੜਾ ਇੱਕ ਰਹਿਬਰ ਹੈ ਕਿਸੇ ਕੌਮ ਦਾ ਉਸਦਾ ਅਪਮਾਨ ਹੋਇਆ ਉਸਦੇ ਖਿਲਾਫ਼ ਫੈਸਲਾ ਕੀਤਾ ਜਿਵੇਂ ਕਹਿੰਦੇ ਨਾ ਰੱਬ ਡਾਂਗਾ ਨਹੀਂ ਮਾਰਦਾ ਮੱਤ ਮਾਰ ਦਿੰਦਾ ਜਦੋਂ ਮਾੜੇ ਦਿਨ ਆਉਂਦੇ ਇਹਨਾਂ ਦੇ ਦਿਨ ਮਾੜੇ ਆਏ ਆ ਇਹਨਾਂ ਦੀ ਮੱਤ ਮਾਰੀ ਗਈ ਆ ਫੈਸਲਾ ਕਰਨ ਵਾਲਿਆਂ ਦੀ ਔਰ ਕਰਵਾਉਣ ਵਾਲਿਆਂ ਦੀ ਇਸ ਲਈ ਦੇਖੋ ਆਉਣ ਵਾਲੇ ਸਮੇਂ ਕੀ ਅਕਾਲੀ ਦਲ ਦੀ ਸਰਕਾਰ ਸੀ ਉਸ ਸਮੇਂ ਤਾਂ ਉਸ ਤੋਂ ਬਾਅਦ ਜਿਹੜੀ ਕਾਂਗਰਸੀ ਸਰਕਾਰ ਆਈ ਆ ਉਸਦੇ ਵੱਲੋਂ ਵੀ ਜਿਹੜੀ ਅਸੀਂ ਕੈਪਟਨ ਸਾਹਿਬ ਨੇ ਸਹੁੰ ਖਾਈ ਸੀ ਉੱਥੇ ਤਾਂ ਉਸ ਤੋਂ ਬਾਅਦ ਵੀ ਜਿਹੜਾ ਕੁਛ ਨਹੀਂ ਬਦਲਿਆ ਪੱਗਾਂ ਦੇ ਰੰਗ ਬਦਲੇ ਆ ਕੁਛ ਨਹੀਂ ਬਦਲਿਆ ਧੰਨਵਾਦ ਤਾਂ ਅਸੀਂ ਬਾਬਾ ਹਰਦੀਪ ਸਿੰਘ ਡਿਬਡੇਵਾਲ ਜੀ ਜਿਨ੍ਹਾਂ ਨੇ ਕਿਹਾ ਹੈ ਕਿ ਜਿਹੜੀਆਂ ਸਰਕਾਰਾਂ ਨੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਅਦਾਲਤਾਂ ਤੋਂ ਵੀ ਸਿੱਖਣ ਜਿਹੜਾ ਇਨਸਾਫ਼ ਨਹੀਂ ਮਿਲਦਾ।